ਨਮਸਤੇ, ਤੁਸੀਂ ਦਿਖਾ ਦਿਓ ਗ੍ਰੇਟਰ ਜੰਮੂ ਅਤੇ ਮੈਂ ਪੰਕਜ ਖਜੂਰੀਆ, ਔਰ ਮੇਰੇ ਕੰਨੇ ਤੁਸੀਂ ਦਿਖਾ ਦਿਓ ਪਲੇਟ, ਇਨਾਗੁਰੇਸ਼ਨਲ ਪਲੇਟ, ਜਿਹੜੀ ਡੇਟ ਹੈ 9 June 2018, ਔਰ ਕਹਿ ਰਹੀ ਹੈ ਪਹਿਲਾਂ ਵੀ ਸੁਣਾਈ ਨਾ, ਗਵਰਨਮੈਂਟ ਆਫ ਜੰਮੂ ਐਂਡ ਕਸ਼ਮੀਰ, ਅੱਜ ਦੀ ਡੇਟ 'ਚ ਜੰਮੂ ਕਸ਼ਮੀਰ UT ਹੈ, ਡਿਪਾਰਟਮੈਂਟ ਆਫ ਰੂਰਲ ਡਿਵੈਲਪਮੈਂਟ ਜੰਮੂ, ਬਲਾਕ ਨਗਰੋਟਾ, ਬੜੀ ਅਹਿਮ ਸੀਟ ਹੈ ਮਹਾਰਾਜ ਨਗਰੋਟਾ ਉਸ ਬਲਾਕ ਦੀ ਹੈ, ਇੱਥੋਂ ਇਹ ਜੰਮੂ ਕਸ਼ਮੀਰ ਰਿਆਸਤ ਬਣੀ ਜਿਲ੍ਹਾ ਮਹਾਰਾਜ ਗੁਲਾਬ ਸਿੰਘ ਹੋਰ ਗਏ, ਇਹ ਖਾਸ ਇਲਾਕਾ ਆ ਨਗਰੋਟਾ ਰਿਆਸੀ। ਕੰਸਟਰਕਸ਼ਨ ਆਫ ਕਮਿਊਨਿਟੀ ਹਾਲ ਐਟ ਨਗਰੋਟਾ, ਫਾਊਂਡੇਸ਼ਨ ਸਟੋਨ ਲੇਡ ਬਾਏ ਸ਼੍ਰੀ ਜੁਗਲ ਕਿਸ਼ੋਰ ਸ਼ਰਮਾ ਜੀ, ਆਨਰੇਬਲ MP ਜੰਮੂ ਪੁੰਛ ਲੋਕ ਸਭਾ ਕੰਸਟੀਟੂਐਂਸੀ, ਸ਼੍ਰੀਮਤੀ ਪ੍ਰਿਆ ਸੇਠੀ ਜੀ, ਐਕਸ ਮਿਨਿਸਟਰ ਐਂਡ ਆਨਰੇਬਲ MLA JNK। ਹੋਰ ਇਹ ਪਲੇਟ ਦੇਖ ਲਈ ਤੁਸੀਂ, ਮੀਜੀ ਪੰਕਜ ਖਜੂਰੀ ਦੇਖ ਲਿਆ, ਤੁਹਾਨੂੰ ਮੈਂ ਤੁਸੀਂ ਇਸ ਪਲੇਟ ਦਾ ਜਿਹੜਾ ਕਮਿਊਨਿਟੀ ਹਾਲ ਆ ਉਹ ਦੱਸਾਂਗਾ ਮੈਂ ਜ਼ਰੂਰ ਆਖਾਂਗਾ ਇੱਕ ਵਾਰੀ। ਇੱਧਰ ਮੇਰੇ ਇਹ ਦੇਖੋ ਵੱਡੇ ਵੱਡੇ ਕਾਨੇ, ਅਤੇ ਇਹ ਕਮਿਊਨਿਟੀ ਹਾਲ, ਜਿਸਲੇ ਮੈਂ ਇੱਥੇ ਆਇਆ ਹਾਂ ਨਾ ਤਾਂ ਇਹ ਆਖਾ ਇਹ ਕਮਿਊਨਿਟੀ ਹਾਲ ਹੈ 2018 ਦਾ, 50 ਲੱਖ ਕੇ ਸ਼ਾਇਦ ਆ, ਲੇਕਿਨ ਇਹ ਅਜੀਬੋ ਗਰੀਬ ਕਮਿਊਨਿਟੀ ਹਾਲ ਹੈ, ਇਹਦੇ ਸਿਰਫ ਥੰਮ ਲੱਭਾ ਦੇ ਨਾ ਉਹ ਵੀ ਅੱਧੇ, ਯਾਨੀ ਕਿ ਪਿੱਲਰ ਬਣੇ ਦੇ ਉਹ ਵੀ ਅੱਧੇ, ਅਤੇ ਉਹਦੇ ਬਾਅਦ ਕਿਸੇ ਲੱਭਾ ਦਾ ਨਹੀਂ ਹੈ। ਅਤੇ ਇੱਧਰਾਂ ਦੀ ਹਾਲਤ ਥੋੜ੍ਹੀ ਇਹ ਵੀ ਦਿਖ ਲਿਆ, ਬੱਚੇ ਦਿਖ ਲਓ ਕਿੰਨੇ ਜ਼ਿਆਦਾ ਨੇ, ਫਿਰ ਜੇ ਪਲਟੀ ਆ ਗੱਡੀ ਫਿਰ ਬਾਅਦ ਵਿੱਚ ਨਹੀਂ ਆਖੀ ਹੋਇਆ ਕਿ ਕੋਰਾ ਕਸੂਰ ਹੈ, ਐਡਮਿਨਿਸਟ੍ਰੇਸ਼ਨ ਕੀ ਕਰਾਦਾ। ਚਲੋ ਕੀ ਕੁਛ ਪੂਰਾ ਇੱਥੋਂ ਦੀ ਸਟੋਰੀ ਹੈ ਕਮਿਊਨਿਟੀ ਹਾਲ ਨਗਰੋਟੇ ਦੀ, ਔਰ 9 June 2018, ਯਾਨੀ ਕਿ 19, 20, 21, 22 ਅਤੇ 23, 5 ਸਾਲ ਹੋਈ ਹੈ, 5 ਸਾਲ ਪਲੱਸ ਹੋਈ ਹੈ, ਅਤੇ ਕੀ ਕੁਛ ਵਜ੍ਹਾ ਰਹੀ ਕਿ ਇਹ ਇਹ ਨਿਆ ਖੜੋਤਾ, ਜਾਣਨੇ ਕੋਸ਼ਿਸ਼ ਕਰਨੇ ਆ। ਇਹ ਹੁਣ ਤੁਹਾਡੇ ਪਰ ਡਿਪੈਂਡ ਕਰਦਾ ਕਿ ਤੁਸੀਂ ਇੱਧਰ ਨੰਗਾ, ਅਸੀਂ ਵੀ ਨੰਗਾ, ਹਰ ਰੋਜ਼ ਨੰਗਣੇ ਆ, ਅਸੀਂ ਅੱਜ ਨਹੀਂ ਨੰਗਾ ਦੇ। ਔਰ ਤੁਸੀਂ ਮੈਨੂੰ ਦੱਸਾਂ ਕਿ ਇਹ ਇੱਕ ਐਡਾ ਵੱਡਾ ਰੋਡ ਹੈ, ਇਹ ਵੀ ਰੋਡ ਦਿਖ ਰਿਹਾ, ਬੈਠ ਬੁਰਥ ਵੀ ਦਿਖ ਰਿਹਾ, ਇੱਥੋਂ ਸਿਰਫ ਸ਼ਹਿਰਾਂ ਦੇ ਲੋਕ ਨਹੀਂ ਆਉਂਦੇ, ਜੰਮੂ ਦੇ ਨਹੀਂ ਆਉਂਦੇ, ਫਰੋਮ ਦਿੱਲੀ, ਫਰੋਮ ਪੰਜਾਬ, ਇਹ ਲੋਕ ਬਾਬਾ ਭੈਣ ਜੀ ਜਾਂਦੇ। ਪਹਿਲੀ ਗੱਲ ਇਹ ਮੁੱਕਦੀ। ਦੂਜੀ ਗੱਲ ਮਾਰੇ, ਇੱਕ ਵਾਰੀ ਇੰਨਾ ਨੰਗਾ ਰਿਹਾ ਅਸੀਂ ਵੀ, ਅਤੇ ਕੀ ਹੋਇਆ ਕਿ ਇੱਥੇ ਵੱਡਾ ਟੈਂਟ ਲੱਗਿਆ, ਚਿੱਟਾ ਟੈਂਟ, ਫਸਟ ਕਲਾਸ ਕੁਰਸੀਆਂ ਲੱਗ ਗਈਆਂ 500-700। ਮੈਂ ਬਾਈ ਪੁੱਛਿਆ, ਬਾਈ ਕੀ ਹੋਇਆ? ਇਹੋ ਜਿਹਾ ਕਮਿਊਨਿਟੀ ਹਾਲ ਬਣਾ, ਮੈਂ ਸ਼ੋਕਰ ਹੈ ਕੋਈ, ਸਾਡੀ ਕਟਰ ਬਟਾਲ ਭਜਾਤਾ ਜੀ, ਇਹ ਹੋਣ ਲੱਗਾ ਬਾਈ। ਮਾਰੇ ਲੱਗੀ ਪਲੇਟਾਂ ਹਲੇਟਾਂ ਹਲੇ MP ਸਾਹਿਬ, 2 ਟਾਈਮ MLA ਜੁਗਲ ਕਿਸ਼ੋਰ, ਗਰਾਈਂ, ਹਾਂ ਸਾਡੇ ਕੋਲ ਥੋੜ੍ਹਾ ਦੂਰ ਆ ਗਰਾਈਂ ਹੈ, ਅਤੇ ਕਹਿੰਦਾ ਪ੍ਰਿਆ ਮੈਡਮ, ਪ੍ਰਿਆ ਸੇਠੀ ਹੋਰ ਆਈਆਂ, ਉਹਨੇ ਅਸੀਂ ਵੀ ਖਾਧਾ ਚੌਲਿਆਂ ਕਰਾ, ਅਸੀਂ ਵੀ ਚੱਲੀਏ ਮਾਰੇ, ਖੁਸ਼ ਹੋਈਏ ਸਾਰੇ। ਉਹਦਾ ਬਾਅਦ ਮਾਰੇ, ਹੁਣ ਤੁਸੀਂ ਲਾ ਲਓ 2018 ਦੀ ਪਲੇਟ ਲੱਗੀ, ਫਿਰ ਦੇਖਿਆ ਕਿ ਤੁਸੀਂ ਮੈਂ 18 ਗਿਆ, ਬਿਲਕੁਲ 18 ਦੀ 9 June, ਆਹ ਹੁਣ ਤੱਕ ਇਹ ਹੈ। ਅਤੇ ਇੱਕ ਦਿਨ ਕੁਦਾਂ ਜੀ ਜਲਦੇ ਜਲਦੇ ਮਿਲੇ ਵੀ ਆ ਇਹ, ਅਤੇ ਚੇਤਾ ਵੀ ਕਰਾਇਆ। ਕਿੰਨੇ ਰੁਪਏ ਲੱਗੇ? ਦੇਖੋ ਆਉਂ ਮੈਂ ਹੁਣ ਇਹ ਨਹੀਂ ਆਖ ਸਕਦਾ ਕਿੰਨਾ ਪੈਸਾ ਲੱਗਦਾ, ਕਿੰਨਾ ਨਹੀਂ ਲੱਗਦਾ, ਕਿੰਨਾ ਆਇਆ ਕਿ ਨਹੀਂ, ਅਸੀਂ ਇਹ ਜਾਣਦੇ ਹਾਂ ਕਿ ਇੰਨਾ ਬੁੱਤੀਆਂ ਖੜੀਆਂ ਕਰੀਏ, ਸਾਨੂੰ ਗਰਾਇਆਂ ਨੇ ਖੁਸ਼ ਕਰ ਉੱਡਿਆ, ਵਾਹ ਕਮਿਊਨਿਟੀ ਹਾਲ ਬਣੀ ਆ, ਝੰਡੇ ਲਾਈ ਜਾਂਦੇ, ਮਤਲਬ ਹਰ ਜਗ੍ਹਾ ਇਹੀ ਹੋਣਾ ਨਾ ਕਿ ਸਾਰੀ ਜਗ੍ਹਾ ਜਿੱਥੇ ਵੀ ਜਾਂਦੇ ਆਖਦੇ ਝੰਡੀ ਜਾ ਇੱਕ ਲਾ ਉੜੀਏ, ਇਨਾਗਰੇਸ਼ਨ ਹੋਈ। ਹੁਣ 5 ਸਾਲਾਂ ਬਾਅਦ, ਔਰ ਦੇਖੋ ਜਾਂ ਤਾਂ ਕੋਈ MLA, ਠੀਕ ਹੈ, ਉਹ ਲੈ MLA ਵੀ ਇੱਥੋਂ ਦੇ ਉਹ ਹੈ, ਰਾਣਾ ਸਾਹਿਬ, ਠੀਕ ਹੈ, 5 ਸਾਲ ਜਾਣ ਪਛਾਣ ਜਾਣ ਪਛਾਣ ਹੈ ਸ਼ਾਲ, ਆਖੋ ਬੜੀ ਸਹਿ ਜੀ, ਫਸਟ ਕਲਾਸ ਕਰ ਪੁੱਛ ਸੁਣਾ ਹੋਣਾ ਕੀ ਮੈਸੇਜ ਦੇ, ਮੈਂ ਇਹ ਦੇਖੇ ਕਿ ਆਖੇ ਪਰਸ਼ੋਨ ਸਿੰਘ ਚੱਲਿਆ ਤੁਹਾਡੇ ਕੰਨੇ, ਲੇਕਿਨ ਹੁਣ ਨਹੀਂ ਹੈ, ਕੀ ਕਰਨਾ ਰਾਣਾ ਸਾਹਿਬ ਨੇ ਵੀ ਨਹੀਂ ਦੇਖਿਆ, ਰਿਆਤ ਵੱਜਣ ਦੀ ਜੋ ਕਿਵੇਂ ਦੇਣੀ ਹੁਣ ਸੁਣਾਉਣਾ, ਉਹ ਲੈ ਉਹਦੇ ਜਿਹੇ, ਉਹ ਉਹਦੇ ਜਿਹੇ, ਲੇਕਿਨ ਇੱਕ ਹੋਰ ਵੀ ਹੈ ਨਾ ਤਵਾਕ, ਤਵਾਕ ਇਹ ਹੈ ਕਿ ਸਾਡੇ ਜਿਹੜੇ ਚਾਰ ਇੱਥੋਂ MLA ਨਹੀਂ ਮੁੜੋ, ਉਸ ਲੈ ਚਾਰੇ BJP 'ਚ, ਠੀਕ ਹੈ, ਪਹਿਲੇ ਰਾਜਾ ਸਾਹਿਬ BJP 'ਚ, ਮਨਾਸ ਸਾਹਿਬ BJP 'ਚ, ਜੁਗਲ ਸਾਹਿਬ ਦੇ ਅੱਗੇ ਚਲੋ ਹੈ BJP 'ਚ, ਆਈ ਰਾਣਾ ਸਾਹਿਬ ਉਹ BJP 'ਤੇ, ਅਤੇ ਕਮਿਊਨਿਟੀ ਹਾਲ, ਕਮਿਊਨਿਟੀ ਹਾਲ ਦੇ BJP ਦਾ, ਹੁਣ ਸਮਝ ਲਓ ਸਾਡਾ BJP ਦਾ ਕਮਿਊਨਿਟੀ ਹਾਲ ਕਿਹੜੀ ਪਾਰਟੀ ਦਾ ਸੁਣਾਈ? ਇੱਥੇ ਮੇਰੇ ਕੰਨੇ ਬਿਜੰਤ ਪਠਾਨੀਆ ਹੋਰ ਨਾ, ਔਰ ਜ਼ਿਲ੍ਹਾ ਅਧਿਕਸ਼ ਨੇ ਇਸਲੇ ਡੋਗਰਾ ਸਵਾਮੀ ਸੰਗਠਨ ਪਾਰਟੀ ਦੇ, ਬੜੇ ਤੇਜ਼ ਤਰਾਰ ਲੀਡਰ ਨੇ, ਉਹ ਡੋਗਰੇ ਦੀ ਗੱਲ ਹੀ ਬੜੇ ਬੁਲੰਦੀ ਕੰਨੇ ਅੱਗੇ ਰੱਖਦੇ ਹਨ। ਪਠਾਨੀ ਸਾਹਿਬ ਜ਼ਿਆਦਾ ਲੰਬੀ ਚੌੜੀ ਗੱਲਾਂ ਨਹੀਂ, ਇਹ ਜਿਹੜੇ ਮੈਂ ਪਿੱਲਰ ਦਿਖਾਂ ਇੱਥੋਂ ਆ, ਕਿਸ਼ ਪਾਣੀ ਦੇ ਕੰਢੇ ਨਾ ਇਹ ਨਹੀਂ ਚੀਜ਼ਾਂ, ਕਿਸ਼ ਹੋਰ ਹੀ ਹੁੰਦੀਆਂ ਨੇ,
ਲੇਕਿਨ ਉਹਦੇ ਪਰ ਜਿਲ੍ਹਾ ਦੇਖਿਆ ਸ਼ੈੱਡ ਨਹੀਂ ਪੈਦਾ, ਲੇਕਿਨ ਪਤਾ ਕੀਤਾ ਅਤੇ ਆਖਦੇ ਖੁੱਲ੍ਹੀ ਅੱਖ ਕਿਉਂਕਿ ਪਾਣੀ ਦੇ ਕੰਢੇ ਸ਼ਮਸ਼ਾਨ ਘਾਟ ਹੁੰਦਾ ਅਤੇ ਸ਼ੁਰੂਆਤ ਇਹ ਕਮਿਊਨਿਟੀ ਹਲਦੀ ਹੋਈ ਅਤੇ ਸਾਡੀ ਇੱਕ ਸਾਡੇ ਵਰਿਸ਼ਠ ਸਾਡਾ ਸੀਨੀਅਰ ਨੇ ਸਾਡੇ ਉਹਨੇ ਆਰ ਟੀ ਆਈ ਇਨਫੋਰਮੇਸ਼ਨ ਲਈ ਕਿ 50 ਲੱਖ ਰੁਪਇਆ ਅਲਾਟ ਹੋਇਆ, ਉਹਨੇ ਸਾਡੇ ਜਿਹੜੇ ਤੁਹਾਡੇ ਸਾਹਮਣੇ ਆ ਕਿ 50 ਲੱਖ ਨੇ ਇੰਨਾ ਦਾ ਮੁਜਸਮਾ ਬਣੇ ਦਾ 50 ਲੱਖ ਅਲਾਟ ਗਿਆ ਕੁੱਤੇ ਜਿੱਥੇ ਜੇ ਸਾਡੇ ਇੱਧਰ ਸਾਂਸਦ ਜੁਗਲੋਰ ਜਾਂ ਉਸ ਟਾਈਮ ਜਿਹੜੇ MLA ਉਹਦਾ ਜਵਾਬ ਦੇਣਾ ਬਣਦਾ ਨਾ, ਅਗਰ ਤੁਸੀਂ ਫੰਡਿੰਗ ਕਰ ਦਿੱਤੀ ਤਇਹ ਫੰਡਿੰਗ ਗਈ ਕੁੱਥੇ? ਇਹ ਤਾਂ ਜਨਤਾ ਦਾ ਪੈਸਾ ਨਾ, ਜਨਤਾ ਦਾ ਪੈਸਾ ਤਾਂ ਇਹ ਮੇਰੀ ਲੁੱਟ ਖਸੁੱਟ ਹੋਏ ਕਰਦੀ ਨਾ, ਹੁਣ ਨਹੀਂ ਕੁਛ ਕਰ ਸਕਦਾ, ਥੋੜ੍ਹੇ ਮਾੜੇ ਹੋਰ ਦਿਓ ਅਤੇ ਉੱਪਰ ਸ਼ੈੱਡ ਜਿਹਾ ਪਾਓ ਅਤੇ ਸ਼ਮਸ਼ਾਨ ਘਾਟ ਬਣਾ, ਆ ਕੇ ਹੈਂਡ ਪੰਪ ਲਾ ਦਿਓ। ਚਲੋ ਕਮਿਟੀ ਵਾਲ ਲੋਕਾਂ ਨੂੰ ਖੁਸ਼ੀਆਂ ਨਹੀਂ ਹੋਣੀਆਂ, ਚਲੋ ਮੈਂ ਅੰਤਿਮ ਚੱਕਰ ਦੇ ਡਿਮਾਂਡ ਕਰ ਰਹੇ ਹੋ ਸਕਦਾ ਉਹਦੇ ਮਾੜਾ ਜਿਹੀ ਚਲਾ ਦੋ, ਸੋਚਿਆ ਸਸਤੇ ਕੰਮ ਚੱਲੀ ਆ। ਆਹ ਤਾਂ ਇੱਥੇ ਦੇਖੋ ਨਾ, ਪਰ 5.5 ਸਾਲ ਹੋਈ ਹੈ, 5.5 ਸਾਲ 'ਚ ਇਹ ਤਾਂ ਗੱਲ ਕਰਦੇ ਵਿਕਾਸ ਹੀ ਵਿਕਾਸ ਹੋਇਆ ਤਾ, ਚਾਈਨਾ ਤਾਂ ਭਾਵੇਂ 5 ਸਾਲਾਂ 'ਚ ਸ਼ਹਿਰ ਦੇ ਸ਼ਹਿਰ ਵਸਾਈ ਉੱਠਦਾ, ਇੱਥੋਂ ਕਿ ਨਿੱਕਾ ਜਿਹਾ ਉਹਨਾਂ ਕਮਿਟੀ ਹਾਲ ਨਹੀਂ ਬਣਾ ਦਾ ਅਤੇ ਆਪਣੀਆਂ ਰੀਸਾਂ ਕਰਦੇ ਜੀ ਅਸੀਂ ਚਾਈਨਾ ਦਾ ਮੁਕਾਬਲਾ ਕਰਨਾ, ਵਿਕਾਸ ਵਿਕਾਸ ਹੈ ਅਤੇ ਤੁਸੀਂ ਆਪੂ ਵਿਕਾਸ ਦੇਖ ਲਿਆ। ਬੜੀ ਸੋਹਣੀ ਇੱਕ ਗੱਲ ਸੁਣਾਉਣਾ ਤੁਸੀਂ ਮੈਂ ਇਸ ਅਕਾਰਡਿੰਗ ਕਿ ਜਿਲ੍ਹਾ ਆਉਂਦੇ ਜਾਂਦੇ ਲੋਕ ਮਤਲਬ ਇੱਥੇ ਲੱਗਿਆ ਕਿ ਆਉਂਦੇ ਨਾ ਬੈਕ ਟੂ ਵਿਲੇਜ, 3 ਸਾਲ ਮੈਂ ਟਾਈਮ ਉਸ ਅਟੈਂਡ ਕੀਤਾ, ਠੀਕ ਹੈ, ਅਤੇ ਉੱਥੇ ਵਿੱਚ ਸਾਡੇ ਇੱਥੇ ਨਰਾਇਣ ਦੇ ਸਾਡੇ ਇੱਕ ਬੰਦੇ ਨੇ, ਉਹਨੇ ਆਖਿਆ ਉਹ ਭਰਾਵਾ ਬਾਸਟਾ ਰੱਬ ਦਾ ਉਸੀ ਛੱਤੀ ਹੈ ਅਤੇ ਕੋਈ ਸ਼ਮਸ਼ਾਨ ਘਾਟ ਕੇ ਬਣਾ ਉਡੋ, ਕਹਿਲੀ ਸੁੱਟੇ ਦਿੰਦੇ, ਇਹ ਆਨ ਰਿਕਾਰਡ ਗੱਲ ਹੈ ਮਾਰੇ, ਇੰਨੀ ਤੱਕ ਅਸੀਂ ਫਰਿਆਦ ਕੀਤੀ ਕਿ ਤੁਸੀਂ ਇਹ ਬਣਾਇਓ ਹੁਣ, ਮਤਲਬ ਨਰਾਇਣ ਵਾਲੇ ਮੁੰਡੇ ਨੇ, ਲੇਕਿਨ ਨਹੀਂ ਕੱਖ ਨਹੀਂ, ਇੱਥੇ ਸਰਪੰਚ ਸਭ ਆਪਣੇ ਮੌਜਾਂ ਦੇ ਲੀਡਰ ਆਉਂਦੇ ਨੇ, ਕੱਲ੍ਹ ਪਰਸੋਂ ਵੀ ਆਏ ਸੀ, ਤੁਸੀਂ ਆਖਿਆ ਤੁਸੀਂ ਪੁੱਛਦੇ ਨਹੀਂ ਹੋਣੇ, ਖਾਸ ਕਰ ਜੁਗਲ ਹੁੰਦੇ ਤਾਂ ਕਦੇ ਘਰਾਂ ਦੀ ਗੱਲ ਹੈ ਗ੍ਰਾਈਨ, ਦੂਜੀ ਗੱਲ ਫਿਰ ਸੀਟ ਵੀ ਆਪੋ ਅੱਗੇ ਵੱਡੇ ਲੋਕ ਅਸ ਕੀ ਆਖੀ ਸਕਦੇ ਨਿੱਕੇ ਜੀ ਅਰਜ ਕਰ ਸਕਦੇ ਜਾਂ ਬੜੇ ਸਾਹਿਬ ਲੀਡਰ ਲੋਕਾਂ ਕਨੇ ਗੱਲ ਨਹੀਂ ਕਰਦੇ, ਆਪਣੀ ਇਨੋਗਰੇਟ ਪਲੇਟ ਉਹ ਬੂਤੀਆਂ ਦੇ ਪਿੱਛੇ ਪੈਦੀ ਉੱਥੇ, ਕਾਨੇ ਦੇ ਕਾਈਆਂ ਦੇ ਪਿੱਛੇ ਪੈਦੀ ਹੈ ਔਰ ਛਪੋਈ ਦੀ, ਹਾਲਾਂਕਿ ਇਹ ਬੜੀ ਸਾਫ਼ ਸੁਥਰੀ ਹੈ, ਬੜੀ ਪਲੇਟ ਬੜੀ ਸਾਫ਼ ਸੁਥਰੀ, ਕੋਈ ਸ਼ੱਕ ਨਹੀਂ ਹੈ, ਬਾਕੀ ਦੇਖੋ ਇਹ ਸਰਕਾਰ ਕਰੀ ਹੀ ਕਰਦੀ ਹੈ, ਖਾਲੀ ਦਿਖਾਵੇ ਪਰ ਜਾਇਆ ਕਰਦੀ ਹੈ, ਪਿੰਡੇ ਗ੍ਰਾਂ ਦੀ ਬੁਰੀ ਹਾਲਤ ਹੈ। ਕੱਲ੍ਹ ਕੁਤੇ ਅਸੀਂ ਆਲ ਪਾਰਟੀ ਮੀਟਿੰਗ ਉੱਥੇ ਵੀ ਗੱਲ ਚੱਲੀ ਕਿ ਗ੍ਰਾਂ 'ਚ ਮੋਹਰ ਬਣੀ ਕਿਹੜੇ ਕਿਹੜੇ ਇਲਾਕੇ 'ਚ, UP ਬਿਹਾਰ ਛੱਤੀਸਗੜ੍ਹ ਇੱਧਰ ਦੇ ਲੋਕ ਕੰਟਰੈਕਚੁਅਲ ਪੋਸਟਮੈਨ ਲਗਾ ਦੇ, ਵੀ ਸਾਡੇ ਲੋਕਾਂ ਨੌਕਰੀਆਂ ਨਹੀਂ, ਅਤੇ ਇਹ ਤਾਂ ਸਾਡੇ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਤੁਸੀਂ ਆਪਣਾ ਬਾਰੇ ਸੋਚੋ, ਤੁਹਾਡਾ ਬਣਨਾ ਕਿਆ ਤੁਹਾਡਾ, ਜਿਹਨੇ ਬੰਦੇ ਅਸੀਂ ਇੰਨਾ ਪਿਆਰ ਦਿੱਤਾ ਥੈਲੀਆਂ ਭਰੀ ਭਰੀ ਵੋਟ ਦਿੱਤੇ ਉਹ ਸਾਡੀ ਹਾਲਤਾਂ ਕਰਾ ਦੇਣ, ਡਿਵੈਲਪਮੈਂਟ ਦਾ ਇਹ ਹਾਲ ਹੈ, ਨੌਕਰੀਆਂ ਸਾਡੇ ਵਾਸਤੇ ਨਹੀਂ, ਵਪਾਰ ਸਾਡਾ ਖੋਲ੍ਹ ਲਿਆ, ਪਹਿਲੇ ਫਿਲਮੇ ਦੇਖਦੇ ਮਾਫੀਆ, ਉਹਨੇ ਜੰਮੂ ਜੋ ਵੀ ਦੇਖਣਾ ਸ਼ੁਰੂ ਹੋ ਜਾਂਦੇ ਆ, ਖੰਨਣ ਮਾਫੀਆ ਫਲਾਣਾ ਮਾਫੀਆ, ਅੱਗੇ ਅੱਗੇ ਉਸ ਹਿਸਾਬ ਦਾ ਹੋਣਾ ਕਿ ਟਰੈਕਟਰ ਕਨੇ ਤਾਂ ਉਹਨੇ ਸਾਡੇ ਅਫਸਰ ਡੁਆਈ ਦੇਣੇ, ਬਾਹਰ ਦੇਖਦੇ ਨਾ ਤੁਸੀਂ ਟੋਲ ਪਾਜਾ ਤੋੜੀ ਨਾ ਸੀਂਦਰ ਮਾਫੀਆ, ਇੱਥੇ ਵੀ ਕੁਝ ਮਾਫੀਆ ਰਾਜ ਦਿਆ ਕਰਦੇ ਨੇ, ਇਹ ਸਾਨੂੰ ਵਿਕਾਸ ਦੇ ਕਰਦੇ ਜਿਹੜੇ ਸਾਨੂੰ ਵਾਅਦਾ ਕੀਤਾ 370 ਤੋੜਨੇ ਦੇ ਬਾਅਦ, ਤਾਂ ਜਿਵੇਂ ਡੋਗਰਾ ਸਵਾਭਿਮਾਨ ਦਾ ਅੱਜ ਤਾਂ ਆਖੇ ਕਹਿੰਦੇ ਕਿ ਸਾਨੂੰ 371 ਦਿਓ ਕਮ ਸੇ ਕਮ ਸਾਡੀ ਜ਼ਮੀਨ ਨਾ ਅਤੇ ਨੌਕਰੀਆਂ ਦੇ ਬਚਨ, ਇਹ ਤਾਂ ਡੋਗਰਿਆਂ ਦਾ ਅਸਤਿਤਵ ਖਤਮ ਹੋ ਜਾਣਾ, ਔਰ ਇਹ ਜਿਹੜੇ ਸਾਡੇ ਭਲਵਾਨ ਨੇ ਜਿਹਨੇ ਇਹ ਪਾਵਰ ਦਿੱਤੀ ਦੀ ਇਹ ਬੋਲਦੇ ਕੱਖ ਨਹੀਂ, ਇਹ ਕੋਰੀਆ ਸੀ ਰਾਜਨੀਤੀ ਕਰਾਉਂਦੇ ਨੇ, ਇਹ ਡੋਗਰਿਆਂ ਨਹੀਂ, ਮੈਂ ਇੰਨਾ ਆਖਣਾ ਚਾਹੁੰਦਾ ਕਿ ਜਨਤਾ ਇਹ ਸੋਚੇ ਕਿ ਤੁਸੀਂ ਕਿਹੜੇ ਪਾਸੇ ਜਾਇਆ ਕਰਦੇ ਹੋ, ਸਹੀ ਕੋਈ ਲੀਡਰ ਚੁਣੋ ਜਿਹੜੇ ਜੰਮੂ ਦੀ ਗੱਲ ਕਰਦਾ ਜਿਹੜਾ ਜ਼ਮੀਨ ਪਰ ਹੈ, ਇਹਦੇ ਖੈੜਾ ਛੱਡੋ ਦਾ, ਹੁਣ ਸਹੀ ਲੀਡਰ ਚੁਣੋ ਜਿਹੜੇ ਜੰਮੂ ਦੀ ਗੱਲ ਕਰਦਾ ਔਰ ਇਹਦਾ ਖੈੜਾ ਛੱਡੋ, ਲੇਕਿਨ ਜਿਹੜਾ ਪਿੱਛੇ ਖੈੜਾ ਆ ਇਸੀ ਦਿਖੀ ਹੈ ਨਾ, ਤੁਹਾਡੇ ਮਨਾਂ 'ਚ ਕੀ ਹਾਲ ਜ਼ਰੂਰ ਸੁਣਾਇਓ, 5+ ਸਾਲ ਹੋਈ ਹੈ, ਨੰਬਰ ਪਲੇਟ ਜਿਹੜੀ ਨਾ ਉਹ ਐਜ਼ ਇਟ ਇਜ਼ ਹੈ, ਲੇਕਿਨ ਇਹ ਜਿਹੜੇ ਥੰਮ ਖੜੋਤੇ ਦੇ ਨੇ, ਪਿੱਲਰ ਲੱਗੇ ਦੇ ਨੇ, ਅੱਧੇ ਲੱਗੇ ਦੇ, ਅਧੂਰੇ ਲੱਗੇ ਦੇ, ਉਹ ਹਾਲੀ ਵੀ ਉਗਣੇ ਨੇ, ਔਰ ਕਮਿਊਨਿਟੀ ਹਾਲ ਦਾ ਕੋਈ ਓਬਜੈਕਟਿਵ ਹੁੰਦਾ, ਕੋਈ ਉਹਦਾ ਮੇਨ ਮਕਸਦ ਹੁੰਦਾ, ਅਤੇ 5 ਸਾਲ 'ਚ ਅਗਰ ਕਮਿਊਨਿਟੀ ਹਾਲ ਅਪਰੂਵ ਹੋਇਆ, ਉਹਦਾ ਪੈਸਾ ਆਇਆ, ਜਿੰਨਾ ਵੀ ਆਇਆ 50 ਲੱਖ ਆਖਾ, ਲੇਕਿਨ ਜਿੰਨਾ ਵੀ ਆਇਆ, ਅਤੇ ਕਿਆ ਸਿਰਫ ਇਹਦੇ ਤਾਂ ਆਇਆ, ਇਨਾਰਾ ਬਣਾਉਣਾ, ਔਰ ਅਗਰ ਉਹਦਾ ਕੋਈ ਓਬਜੈਕਟਿਵ ਉਹ ਅਗਰ ਪੂਰਾ ਨਹੀਂ ਹੋਇਆ, ਉੱਥੋਂ ਦੇ ਲੋਕਾਂ ਬਸ ਜਿਹੜੀ ਹੈ ਉਹ ਸੁਲਿਆਤ ਨਹੀਂ ਹੋਈ,
ਅਤੇ ਉਸਦਾ ਖਮਾਇਜ਼ਾ ਜਿਹੜਾ ਇੱਧਰ ਲੋਕ ਭੁਗਤਿਆ ਉਹਦਾ ਜ਼ਿੰਮੇਵਾਰ ਕੌਣ ਹੈ? ਆਪਣੀ ਵੈਲਿਊ ਰਾਏ ਜ਼ਰੂਰ ਕਮੈਂਟ ਸੈਕਸ਼ਨ ਰੱਖਿਓ, ਔਰ ਖਾਸ ਕਰ ਇੱਥੋਂ ਦੇ ਜਿਹੜੇ ਇਸ ਕੰਸਟੀਚੁਐਂਸੀ ਦੇ ਔਰ ਖਾਸ ਤੌਰ ਤੌਰ ਪਰ ਪੰਚਾਇਤ ਦੇ ਜਿਹੜੇ ਲੋਕ ਨੇ, ਜਿਹੜਾ ਲੀਡਰ ਤੁਹਾਡੇ ਆਉਂਦੇ ਨੇ, ਆਉਂਦੇ ਵੀ ਹੈ ਜਾਂ ਨਹੀਂ ਵੀ ਸੁਣਾਈ ਦਿਓ, ਅਤੇ ਜੇ ਆਉਂਦੇ ਨੇ ਤਾਂ ਗੱਲ ਰੱਖ ਦਿਓ, ਕਿਆ ਕਸੂਰ ਤੁਹਾਡੇ ਉੱਪਰ ਤਾਂ ਨਹੀਂ ਹੈ? ਦੇਖ ਲਓ ਗਿਰ ਜੰਮੂ, ਅਤੇ ਮੈਂ ਪੰਗੇ ਫੀਡ।